ਪੰਜਾਬੀ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋਲਰ ਮੋਟਰਾਂ ਦੀ ਪ੍ਰਾਈਸ ਲਿਸਟ ਆਪਾਂ ਜਾਰੀ ਕਰ ਚੁੱਕੇ ਹਾਂ ਮੋਟਰ VFD ਪੈਨਲ ਵਾਇਰ ਤੇ ਨਾਲ ਜਿਹੜਾ ਸਟਰਕਚਰ ਹੋਏਗਾ ਵਧੀਆ A ਗ੍ਰੇਡ ਸਿਸਟਮ ਤੁਹਾਡੇ ਇੰਸਟਾਲ ਕੀਤਾ ਜਾਏਗਾ ਪ੍ਰਾਈਸ ਫਿਕਸ ਨੇ ਅਸੀਂ ਪ੍ਰਾਈਸ ਘੱਟ ਕਰਕੇ ਕਿਸੇ ਨੂੰ ਵੀ B ਗ੍ਰੇਡ ਜਾਂ C ਗ੍ਰੇਡ ਸਿਸਟਮ ਨਹੀਂ ਦੇਵਾਂਗੇ ਬੇਸ਼ੱਕ ਕੋਈ ਹੋਰ ਫਰਮ ਤੁਹਾਡੇ ਇਹੀ ਸਿਸਟਮ ਘੱਟ ਰੇਟ ਤੇ ਲਾ ਰਹੀ ਹੋਵੇ ਤੁਸੀਂ ਉੱਥੋਂ ਲਵਾ ਸਕਦੇ ਹੋ ਪਰ ਅਸੀਂ ਪ੍ਰਾਈਸ ਘੱਟ ਕਰਕੇ ਨਾ ਤੇ ਮਾੜਾ ਸਮਾਨ ਅਸੀਂ ਪਰਚੇਜ਼ ਕਰਦੇ ਹਾਂ ਤੇ ਨਾ ਹੀ ਅਸੀਂ ਇਹਨੂੰ ਸੇਲ ਕਰਾਂਗੇ ਵਧੀਆ ਏ ਗ੍ਰੇਡ ਸੋਲਰ ਸਿਸਟਮ ਦੀ ਪ੍ਰਾਈਸ ਲਿਸਟ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਹੀ ਜਾਰੀ ਕਰ ਚੁੱਕੇ ਹਾਂ ਦੂਜੀਆਂ ਫਰਮਾਂ ਨਾਲੋਂ ਪ੍ਰਾਈਸ ਜ਼ਿਆਦਾ ਹੋਣ ਦੇ ਕਈ ਕਾਰਨ ਨੇ ਇੱਕ ਤੇ ਅਸੀਂ ਜੇ 3 ਦੀ ਮੋਟਰ ਲਾਵਾਂਗੇ ਤੇ 5 ਐਚਪੀ ਦੀ ਡਰਾਈਵ ਲਾਵਾਂਗੇ ਵਧੀਆ ਚੰਗੀ ਕੁਆਲਿਟੀ ਦੀ ਜੇ 5 ਦੀ ਮੋਟਰ ਲਾਵਾਂਗੇ ਤੇ 7.5 ਐਚਪੀ ਦੀ ਡਰਾਈਵ ਲਾਵਾਂਗੇ ਇਦਾਂ ਹੀ ਜੇ 7.5 ਐਚਪੀ ਦੀ ਮੋਟਰ ਤੁਸੀਂ ਲਵਾਓਗੇ ਤੇ 10 ਐਚਪੀ ਦੀ ਡਰਾਈਵ ਲਾਵਾਂਗੇ ਤੇ ਜੇ 10 ਐਚਪੀ ਦੀ ਲਵਾਓਗੇ ਤੇ ਉਸ ਤੋਂ ਵੱਡੀ ਡਰਾਈਵ ਲਾਵਾਂਗੇ ਇਹਦਾ ਕਾਰਨ ਇਹ ਵੇ ਕਿ ਜੇ ਮੰਨ ਲਓ ਕੱਲ ਨੂੰ ਤੁਸੀਂ ਮੋਟਰ ਵੱਡੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਡਰਾਈਵ ਬਦਲਣ ਦੀ ਜ਼ਰੂਰਤ ਨਹੀਂ ਪੈਣੀ ਦੂਜੇ ਨੰਬਰ ਤੇ ਅਸੀਂ ਵਧੀਆ ਚੰਗੀ ਕੰਪਨੀ ਦੇ ਪੈਨਲ ਇੰਸਟਾਲ ਕਰਾਂਗੇ ਜੋ ਤੁਹਾਨੂੰ ਮਾੜੇ ਮੌਸਮ ਦੇ ਵਿੱਚ ਵੀ ਵਧੀਆ ਪਰਫਾਰਮੈਂਸ ਦੇਣ ਥਰਡ ਨੰਬਰ ਤੇ ਅਸੀਂ ਪੂਰੀ ਫੁੱਲ ਸਰਵਿਸ ਦੀ ਗਾਰੰਟੀ ਦਿੰਨੇ ਆ ਤੁਹਾਨੂੰ ਕਦੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਰਵਿਸ ਦੀ ਲੋੜ ਪੈਂਦੀ ਏ ਅਸੀਂ ਹਾਜ਼ਰ ਰਵਾਂਗੇ ਤੁਹਾਡੀ ਮੋਟਰ 'ਚ ਕੋਈ ਪ੍ਰੋਬਲਮ ਆਉਂਦੀ ਏ ਜਾਂ ਫਿਰ ਤੁਸੀਂ ਪਹਿਲਾਂ ਸਾਡੇ ਤੋਂ 5 HP ਦੀ ਜਾਂ 10 HP ਦੀ ਕੋਈ ਵੀ ਮੋਟਰ ਲਵਾਈਏ ਤੇ ਤੁਸੀਂ ਉਹਨੂੰ ਵੱਡਾ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਜਿੰਨੀ ਉਹ ਮੋਟਰ ਚੱਲੀ ਹੋਏਗੀ ਉਸ ਹਿਸਾਬ ਨਾਲ ਅਸੀਂ ਉਹਨੂੰ ਕੱਟ ਲਵਾਂਗੇ ਤੇ ਉਹਦੀ ਥਾਂ ਤੇ ਤੁਸੀਂ ਵੱਡੀ ਮੋਟਰ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਇਸੇ ਕਰਕੇ ਅਸੀਂ ਜਦੋਂ ਵੀ ਸਿਸਟਮ ਲਾਣੇ ਆ ਮੰਨ ਲਓ 5 HP ਦਾ ਸਿਸਟਮ ਤੁਹਾਡੇ ਅਸੀਂ ਇੰਸਟਾਲ ਕਰਨੇ ਆ ਤੇ ਉਹਦੇ ਤੇ ਅਸੀਂ ਪਹਿਲਾਂ ਤੋਂ ਹੀ 7.5 HP ਦੀ ਡਰਾਈਵ ਦਿੰਨੇ ਆ ਕੱਲ ਨੂੰ ਜੇ ਤੁਸੀਂ ਮੋਟਰ ਵੱਡੀ ਕਰਨੀ ਹੋਵੇ ਤੇ ਤੁਸੀਂ ਪੈਨਲ ਵਧਾ ਕੇ ਉਸੇ ਡਰਾਈਵ ਤੇ ਸਿਰਫ ਮੋਟਰ ਚੇਂਜ ਕਰਕੇ ਹੀ ਉਹਨੂੰ 7/2 ਦਾ ਕਰ ਸਕਦੇ ਹੋ ਉਹਦੇ ਲਈ ਤੁਹਾਨੂੰ ਅਲੱਗ ਤੋਂ ਡਰਾਈਵ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਜੇ ਇਦਾਂ ਕਰਦੇ ਹੋ ਤੇ ਪੁਰਾਣੀ ਡਰਾਈਵ ਕਿਸਾਨਾਂ ਦੀ ਜਿਹੜੀ ਹੈ ਉਹ ਕਿਸੇ ਕੰਮ ਨਹੀਂ ਸੀ ਆਉਂਦੀ ਹੈਗੀ ਇਸੇ ਕਰਕੇ ਅਸੀਂ 5 HP ਤੇ 7/2 HP ਦੀ ਡਰਾਈਵ ਦਿੰਨੇ ਆ ਤੇ 7/2 ਤੇ ਉਸ ਤੋਂ ਵੱਡੀ ਜਿੰਨਾ ਵੀ ਸਿਸਟਮ ਲਾਣੇ ਹੋ ਉਹ ਤੇ ਉਸ ਤੋਂ ਵੱਡੀ ਡਰਾਈਵ ਹੀ ਅਸੀਂ ਇੰਸਟਾਲ ਕਰਦੇ ਆ ਤੇ ਅਸੀਂ ਵਧੀਆ ਕੰਪਨੀ ਦੀ ਚੰਗੀ MPPT ਸਿਸਟਮ ਦੀ ਡਰਾਈਵ ਹੀ ਯੂਜ਼ ਕਰਨੇ ਆ ਜਿਹੜੀ ਤੁਹਾਨੂੰ ਚੰਗੀ ਪਰਫਾਰਮੈਂਸ ਦੇਵੇ। ਬਾਕੀ ਜੇ ਤੁਹਾਡੇ ਪਹਿਲਾਂ ਤੋਂ ਵੀ ਸਿਸਟਮ ਲੱਗਿਆ ਹੈ ਉਹ ਚੱਲਦਾ ਨਹੀਂ ਪਿਆ ਤੇ ਅਸੀਂ ਉਹਨੂੰ ਰੀਇਨਸਟਾਲ ਕਰਕੇ ਤੁਹਾਡੇ ਸਿਸਟਮ ਦੀ ਪਰਫਾਰਮੈਂਸ ਵਧੀਆ ਬਣਾ ਸਕਦੇ ਹਾਂ। ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡੇ ਨੰਬਰ ਨੇ 9814571211 ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੇ ਵੱਸਦੇ ਹੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਸਾਰੇ ਪੰਜਾਬ ਵਿੱਚ ਹੀ ਡੀਲ ਕਰਦੇ ਹਾਂ। ਸੋਲਰ ਵਾਲੀ ਮੋਟਰ ਲਵਾਉਣ ਵਾਸਤੇ ਤੁਸੀਂ ਆਰਡਰ ਫੋਨ ਤੇ ਵੀ ਬੁੱਕ ਕਰਵਾ ਸਕਦੇ ਹੋ। ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਰਾਜਪੁਰਾ ਹੈੱਡ ਆਫਿਸ ਵਿਜ਼ਿਟ ਕਰ ਸਕਦੇ ਹੋ ਚੰਗੀ ਵਧੀਆ ਸੋਲਰ ਮੋਟਰ ਲਵਾਉਣ ਵਾਸਤੇ ਤੇ ਚੰਗੀ ਵਧੀਆ ਸੋਲਰ ਮੋਟਰ ਦੀ ਪਰਫਾਰਮੈਂਸ ਲੈਣ ਵਾਸਤੇ ਤੁਸੀਂ ਸਾਡੇ ਤੋਂ ਸਿਸਟਮ ਲਵਾ ਸਕਦੇ ਹੋ ਬਾਕੀ ਜੇ ਤੁਸੀਂ ਘਰ ਵਿੱਚ ਵੀ ਸਿਸਟਮ ਲਵਾਉਣਾ ਚਾਹੁੰਦੇ ਹੋ ਆਨ ਗ੍ਰਿਡ ਆਫ ਗ੍ਰਿਡ ਜਾਂ ਫਿਰ ਹਾਈਬ੍ਰਿਡ ਸਿਸਟਮ ਤੇ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਵਧੀਆ ਕੁਆਲਿਟੀ ਦਾ A ਗ੍ਰੇਡ ਸਿਸਟਮ ਪ੍ਰੋਵਾਈਡ ਕਰਵਾਇਆ ਜਾਏਗਾ ਜੇ ਤੁਹਾਡੇ ਪਹਿਲਾਂ ਤੋਂ ਵੀ ਸਿਸਟਮ ਕੋਈ ਲੱਗਿਆ ਹੈ ਤੇ ਉਹਦੇ ਚ ਸੋਲਰ ਸਿਸਟਮ ਦੇ ਵਿੱਚ ਡਰਾਈਵ 'ਚ ਕੋਈ ਪ੍ਰੋਬਲਮ ਹੈ ਡਰਾਈਵ ਖਰਾਬ ਹੈ ਜਾਂ ਮੋਟਰ 'ਚ ਕੋਈ ਪ੍ਰੋਬਲਮ ਹੈ ਮੋਟਰ ਚੇਂਜ ਕਰਨਾ ਚਾਹੁੰਦੇ ਹੋ ਸੋਲਰ ਸਿਸਟਮ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਹੱਲ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9814571211 ਤੁਹਾਡੀ ਮੋਟਰ ਦੀ ਵਧੀਆ ਪਰਫਾਰਮੈਂਸ ਨਹੀਂ ਬਣੀ ਤੁਸੀਂ ਸਿਸਟਮ ਲਵਾਇਆ ਸੀ ਤੇ ਤੁਹਾਡਾ ਸਿਸਟਮ ਵਧੀਆ ਤਰੀਕੇ ਨਾਲ ਨਹੀਂ ਚੱਲਿਆ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਸੋਲਰ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੀ ਗਰੰਟੀ ਦਿੰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੇ ਸਾਡੀਆਂ ਇਦਾਂ ਦੀਆਂ ਹੋਰ ਸੋਲਰ ਸੰਬੰਧੀ ਇਨਫੋਰਮੇਟਿਵ ਵੀਡੀਓਜ਼ ਵੇਖਦੇ ਰਹਿਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੇਖਦੇ ਰਹੋ ਪੰਜਾਬੀ ਡੈਰੀਮੈਨ